ਤੋ ਅੱਜ ਦੇ ਟਾਈਮ ਵਿੱਚ ਸਟੂਡੈਂਟ ਬਹੁਤ ਸਾਰੀ ਆਪਸ਼ਨਸ ਲੱਭਣਾ ਚਾਹੁੰਦਾ ਹੈ ਕਿਉਂਕਿ ਅਸੀਂ ਜਦੋਂ ਗੱਲ ਕੈਨੇਡਾ ਦੀ ਕਰੀਏ ਕੁਝ ਆਪਸ਼ਨਸ ਜਾਂ ਕੁਝ ਸਮੇਂ ਲਈ ਜਿਵੇਂ ਕਿ ਹਲੇ ਉੱਥੇ ਅਪਲਾਈ ਨਹੀਂ ਕੀਤਾ ਜਾ ਸਕਦਾ ਪਰ ਨਾਲ ਦੀ ਨਾਲ ਹਮੇਸ਼ਾ ਹੀ ਸਟੂਡੈਂਟ ਨੂੰ ਅਵੇਅਰ ਰਹਿਣਾ ਚਾਹੀਦਾ ਹੈ ਕਿ ਸਾਡੀ ਪ੍ਰੋਫਾਈਲ ਦੇ ਅਕੋਰਡਿੰਗਲੀ ਹੋਰ ਕਿਹੜੀਆਂ ਬੈਸਟ ਆਪਸ਼ਨਸ ਨੇ ਕਿਉਂਕਿ ਇਹ ਨਹੀਂ ਹੈ ਕਿ ਸਿਰਫ ਕੈਨੇਡਾ ਆਸਟ੍ਰੇਲੀਆ ਜਾਂ ਯੂਕੇ ਹੀ ਹੈ ਜਿੱਥੇ ਤੁਸੀਂ ਸਟੱਡੀ ਵੀਜ਼ਾ ਲਗਵਾ ਕੇ ਜਾ ਸਕਦੇ ਹੋ ਅੱਜ ਅਸੀਂ ਨਿਊਜ਼ੀਲੈਂਡ ਬਾਰੇ ਗੱਲ ਕਰਨੀ ਹੈ ਜਿੱਥੇ ਬਹੁਤ ਚੰਗੇ ਢੰਗ ਨਾਲ ਵੀਜ਼ਾਸ ਵੀ ਆ ਰਹੇ ਨੇ ਜਿਹੜੇ ਸਟੂਡੈਂਟਸ ਨ ਫਿਊਚਰ ਨੂੰ ਬਹੁਤ ਚੰਗੇ ਢੰਗ ਨਾਲ ਬ੍ਰਾਈਟ ਵੀ ਕਰ ਰਹੇ ਨੇ ਸੋ ਇੱਕ ਇੱਕ ਗੱਲ ਅੱਜ ਦੀ ਵੀਡੀਓ ਦੇ ਜ਼ਰੀਏ ਅਸੀਂ ਨਿਊਜ਼ੀਲੈਂਡ ਸਟੱਡੀ ਵੀਜ਼ਾ ਬਾਰੇ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਤੁਸੀਂ ਵੀ ਬੜੇ ਧਿਆਨ ਨਾਲ ਇਹ ਵੀਡੀਓ ਵੇਖਣੀ ਅਤੇ ਸੁਣਨੀ ਹੈ ਤੇ ਅੱਗੋਂ ਜਨੂਅਰੀ ਇਨਟੇਕ ਦੀ ਆਪਾਂ ਗੱਲ ਕਰਾਂਗੇ ਕਿਉਂਕਿ ਸਮਾਂ ਥੋੜਾ ਰਹਿ ਗਿਆ ਵਿੱਚ ਅਪਲਾਈ ਕਰਨ ਲਈ ਕਿਹੜੀ ਕਿਹੜੀ ਗੱਲਾਂ ਦਾ ਧਿਆਨ ਰੱਖਦੇ ਹੋਏ ਤੁਸੀਂ ਅੱਗੇ ਵਧ ਸਕਦੇ ਹੋ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਾਂ ਹਰਜੋਤ ਕੌਰ ਤੇ ਨਿਊਜ਼ੀਲੈਂਡ ਸਟੱਡੀ ਵੀਜ਼ਾ ਨੂੰ ਲੈ ਕੇ ਅੱਜ ਡਿਟੇਲ ਵਿੱਚ ਸਾਰੀ ਗੱਲ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਨੇ ਨੈਵੀਗੇਟਰਸ ਓਵਰ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਨਮਸਕਾਰ ਸਾਰਿਆਂ ਨੂੰ ਮੇਰਾ ਸੋ ਮੈਮ ਤੁਸੀਂ ਹਮੇਸ਼ਾ ਹੀ ਆਪਾਂ ਦੇਖਦੇ ਆ ਕਿ ਐਨੇ ਸਾਲਾਂ ਤੋਂ ਤੁਸੀਂ ਜਿਵੇਂ ਸਟੱਡੀ ਵੀਜ਼ਾ ਲਈ ਸਟੂਡੈਂਟਸ ਨੂੰ ਗਾਈਡ ਵੀ ਕਰਦੇ ਆ ਰਹੇ ਹੋ ਬਹੁਤ ਸਾਰਾ ਰਿਸਰਚ ਵਰਕ ਤੁਹਾਡੇ ਵੱਲੋਂ ਤੁਹਾਡੀ ਟੀਮ ਵੱਲੋਂ ਹੁੰਦਾ ਹੈ ਕਿ ਚੰਗੀਆਂ ਆਪਸ਼ਨ ਸਟੂਡੈਂਟਸ ਨੂੰ ਗਾਈਡ ਕੀਤੀਆਂ ਜਾਂ ਅੱਜ ਆਪਾਂ ਜਿਵੇਂ ਨਿਊਜ਼ੀਲੈਂਡ ਬਾਰੇ ਗੱਲ ਕਰਨ ਜਾ ਰਹੇ ਆ ਕਿੰਨੀ ਕੋ ਬੈਸਟ ਆਪਸ਼ਨ ਤੁਸੀਂ ਮੰਨਦੇ ਹੋ ਸਟੂਡੈਂਟਸ ਲਈ ਔਰ ਕਿਹੜੀਆਂ ਪ੍ਰੋਫਾਈਲਸ ਲਈ ਬੈਸਟ ਰੂਟੇਬਲ ਹੈ ਨਿਊਜ਼ੀਲੈਂਡ ਔਰ ਜਨਵਰੀ ਇੰਟੇਕ ਬਾਰੇ ਵੀ ਡਿਟੇਲ ਚ ਜ਼ਰੂਰ ਸਮਝਾਓ ਬਹੁਤ ਅੱਛਾ ਕੁਐ ਕੀ ਕਿਹੜੀ ਪ੍ਰੋਫਾਈਲ ਨੂੰ ਨਿਊਜ਼ੀਲੈਂਡ ਲੈ ਰਿਹਾ ਹੈ ਕੀ ਉਹਨਾਂ ਦੇ ਮਤਲਬ ਡਿਟੇਲਸ ਵਿੱਚ ਕਿ ਕਿਹੜੇ ਬੱਚਿਆਂ ਦੀ ਪ੍ਰੋਫਾਈਲ ਸਿਲੈਕਟ ਹੋ ਸਕਦੀ ਹੈ ਵੀਜ਼ਾ ਟਾਈਮ ਕਿੰਨਾ ਲੱਗਦਾ ਆਪਾਂ ਡਿਟੇਲ ਚ ਦੱਸ ਰਹੇ ਹਾਂ ਦੇਖੋ ਹਜੇ ਇਸ ਟਾਈਮ ਥੋੜਾ ਜਿਹਾ ਰੋਲਾ ਕੈਨੇਡਾ ਦਾ ਪੈ ਗਿਆ ਹੈ ਰਾਈਟ ਜੀ ਆਸਟ੍ਰੇਲੀਆ ਬੜਾ ਸਿਲੈਕਟਿਵ ਹੈ ਕਿ ਗੈਪ ਨਹੀਂ ਚਾਹੀਦਾ ਜੀਟੀ ਦੇ ਵਿੱਚ ਬੜਾ ਮੁਸ਼ਕਲ ਹੁੰਦਾ ਹੈ ਜਿਹੜੇ ਪ੍ਰੋਫਾਈਲ 'ਚ ਥੋੜੀ ਜਿਹੀ ਕੋਈ ਇਦਾਂ ਦਾ ਕੇ ਥੋੜਾ ਜਿਹਾ ਗੈਪ ਪੈ ਗਿਆ ਕੈਨੇਡਾ ਦਾ ਰੋਲਾ ਪਿਆ ਹੈ ਜਾਂ ਤੁਹਾਡੇ ਕੋਲ ਬਸ 6 ਮਹੀਨੇ ਪੁਰਾਣੇ ਫੰਡ ਹੋਣੇ ਚਾਹੀਦੇ ਜੇ ਉਹ ਵੀ ਨਹੀਂ ਹੈ ਤਾਂ ਬੈਂਕ ਲੋਨ ਦੇ ਵਿੱਚ ਨੈਵੀਗੇਟਰ ਪੂਰੀ ਹੈਲਪ ਕਰਦਾ ਹੈ ਪੂਰੀ ਹੈਲਪ ਕਰਦਾ 100 1% ਜੀ ਸਭ ਤੋਂ ਵੱਡਾ ਮੁੱਦਾ ਨਿਊਜ਼ੀਲੈਂਡ 'ਚ ਫਾਈਨੈਂਸ਼ੀਅਲ ਨੂੰ ਲੈ ਕੇ ਹੁੰਦਾ ਜਿਹੜਾ ਅਸੀਂ ਪੂਰੀ ਹੈਲਪ ਕਰ ਰਹੇ ਹਾਂ ਕੋਈ ਸਾਡੀ ਪ੍ਰੋਸੈਸਿੰਗ ਫੀਸ ਨਹੀਂ ਆ ਕੋਈ ਕੁਝ ਨਹੀਂ ਹੈ ਔਰ ਨਿਊਜ਼ੀਲੈਂਡ ਦਾ ਸਟੱਡੀ ਵੀਜ਼ਾ ਦੇ ਵਾਸਤੇ ਜਿਹੜੀ ਆ ਤੁਹਾਡੀ ਰਿਕੁਆਇਰਮੈਂਟ ਹੈ 5.5 ਮਿਨੀਮਮ ਹੈ 6 ਬੈਂਡ ਹੋਏ ਤਾਂ ਠੀਕ ਹੈ ਗੈਪ ਸਾਲ 2 ਸਾਲ 3 ਸਾਲ ਦੀ ਕੋਈ ਪ੍ਰੋਬਲਮ ਨਹੀਂ ਹੈ ਜਸਟੀਫਿਕੇਸ਼ਨ ਹੋਣੀ ਚਾਹੀਦੀ ਹੈ ਗੈਪ ਦੇ ਪੁਰ ਤੁਹਾਡੇ ਜਿਹੜਾ ਜੌਬ ਸੌਰੀ ਆਫਰ ਲੈਟਰ ਜਦ ਆ ਜਾਂਦਾ ਹੈ ਫਾਈਨੈਂਸ਼ੀਅਲ ਤੁਹਾਡੇ ਕੋਲ ਹੋਣੇ ਚਾਹੀਦੇ ਫਾਈਲ ਲੱਗ ਜਾਂਦੀ ਹੈ ਕਿਉਂਕਿ ਨਿਊਜ਼ੀਲੈਂਡ ਅੰਬੈਸੀ ਦੇ ਇਸ ਟਾਈਮ ਵੀਜ਼ੇ ਆ ਰਹੇ ਸਭ ਤੋਂ ਪਲੱਸ ਪੁਆਇੰਟ ਇਹ ਆ ਜਿਹੜਾ ਬੱਚਾ ਆਸਟ੍ਰੇਲੀਆ ਜਾਣਾ ਚਾਹੁੰਦਾ ਕਿਸੇ ਵਜ੍ਹਾ ਨਾਲ ਨਹੀਂ ਜਾ ਪਾ ਰਿਹਾ ਤੇ ਨਿਊਜ਼ੀਲੈਂਡ ਉਹਨਾਂ ਦੇ ਵਾਸਤੇ ਬੈਸਟ ਆਪਸ਼ਨ ਹੈ ਪਲੱਸ ਪੁਆਇੰਟ ਕੀ ਹੈ ਨਿਊਜ਼ੀਲੈਂਡ ਦੇ ਵਿੱਚ ਤੁਹਾਨੂੰ ਗ੍ਰੀਨ ਲਿਸਟ ਕੋਰਸ ਦੇ ਵਿੱਚ ਜੇ ਤੁਹਾਡਾ ਕੋਰਸ ਹੈ ਤੇ ਤੁਹਾਡਾ ਪੋਸਟ ਸਟਡੀ ਵਰਕ ਪਰਮਿਟ ਬਹੁਤ ਲੰਮਾ ਮਿਲਦਾ ਹੈ 1 ਸਾਲ ਦੇ ਕੋਰਸ ਨਾਲ ਬੇਸਿਕਲੀ ਆਪਾਂ ਮੰਨ ਕੇ ਚੱਲਦੇ ਹਾਂ 1 ਸਾਲ ਦਾ 2 ਸਾਲ ਦੇ ਕੋਰਸ ਨਾਲ 2 ਸਾਲ ਦਾ ਔਰ ਜਿਹੜੇ ਬੈਚਲਰ ਕੋਰਸ ਆ ਉਹਨਾਂ ਦੇ ਨਾਲ 3 ਸਾਲ ਦਾ ਮਾਸਟਰ ਨਾਲ ਵੀ 3 ਸਾਲ ਦਾ ਮਿਲਦਾ ਹੁਣ ਜਿਹੜਾ ਤੁਹਾਡਾ ਮੇਨ ਸਟਰਗਲ ਬੱਚਾ ਕਿੱਥੇ ਕਰਦਾ ਬਾਕੀ ਕੰਟਰੀਆਂ ਵਿੱਚ ਕੈਨੇਡਾ ਹੋਏ ਆਸਟ੍ਰੇਲੀਆ ਹੋਏ ਯੂਕੇ ਹੋਏ ਫੀਸ ਪਹਿਲੇ ਜਾਂਦੀ ਹੈ ਨਿਊਜ਼ੀਲੈਂਡ ਦੇ ਵਿੱਚ ਜਿਹੜੀ ਵੀਜ਼ਾ ਦੇ ਬਾਅਦ ਅਪਰੂਵਲ ਦੇ ਬਾਅਦ ਫੀਸ ਜਾਣੀ ਹੈ ਖਲੀ ਫੰਡ ਤੁਸੀਂ ਬੈਂਕ ਦੇ ਵਿੱਚ ਸ਼ੋਅ ਕਰਨੇ ਆ ਤੁਹਾਡੀ ਇੱਕ ਅੰਬੈਸੀ ਫੀ ਜਾਨੀ ਆ ਇੱਕ ਤੁਹਾਡਾ ਪੀਸੀਸੀ ਚਾਹੀਦਾ ਹੈ ਪੁਲਿਸ ਕਲੀਅਰੈਂਸ ਸਰਟੀਫਿਕੇਟ ਜਿਹੜਾ ਹੁੰਦਾ ਜਿਹੜਾ ਤੁਸੀਂ ਆਪਣੇ ਨੀਅਰੈਸਟ ਪਾਸਪੋਰਟ ਆਫਿਸ ਤੋਂ ਲੈ ਸਕਦੇ ਹੋ ਇੰਨਾ ਸੌਖਾ ਪ੍ਰੋਸੈਸ ਇੰਨਾ ਸੌਖਾ ਪ੍ਰੋਸੈਸ ਹੈ ਵੀਜ਼ੇ ਆ ਰਹੇ ਅੱਛੇ ਆ ਰਹੇ ਆ ਥੋੜਾ ਬਹੁਤ ਗੈਪ ਦੀ ਕੋਈ ਪ੍ਰੋਬਲਮ ਨਹੀਂ ਹੈ ਲੋਨ ਦੇ ਵਿੱਚ ਅਸੀਂ ਤੁਹਾਡੀ ਪੂਰੀ ਹੈਲਪ ਕਰਦੇ ਹਾਂ ਕਿਸੇ ਵੀ ਹਿਸਾਬ ਨਾਲ ਤੇ ਸਤੋ ਵਧੀਆ ਤੁਹਾਨੂੰ ਹੋਰ ਕੀ ਚਾਹੀਦਾ ਹੈ ਆਲਸ ਤੁਹਾਡੇ ਇਹ ਨਹੀਂ ਕਿ ਜਸ 6 ਬੈਂਡ ਤੇ ਇੱਕ ਚ 5 ਬੈਂਡ ਤੇ ਕੋਈ ਰੋਲਾ ਨਹੀਂ ਆ ਬਾਕੀ ਕੰਟਰੀਆਂ ਚ ਇੱਕ ਚ 5 ਨਹੀਂ ਲੈਣਗੇ ਤੇ ਬਾਕੀ ਹਰ ਕਾਲਜ ਦੇ ਉੱਪਰ ਡਿਪੈਂਡ ਕਰਦਾ ਉਹ ਸਾਢੇ 5 ਲੈ ਰਿਹਾ 6 ਲੈ ਰਿਹਾ ਸਾਢੇ 6 ਲੈ ਰਿਹਾ ਮਾਸਟਰਸ ਦੇ ਵਾਸਤੇ ਮੈਕਸਿਮਮ ਕਾਲਜਿਸ ਸਾਢੇ 6 ਲੈਂਦੇ ਆ ਨਾਟ ਲੈਸ ਦਨ 6 ਲੈਂਦੇ ਆ ਮਾਸਟਰ ਤੁਹਾਡੇ 2 ਸਾਲ ਦੀ ਹੁੰਦੀ ਆ ਪਰ ਕੁਝ ਯੂਨੀਵਰਸਿਟੀ ਕਾਲਜੇਸ ਦੇ ਵਿੱਚ ਫਾਸਟ ਟਰੈਕ ਮਾਸਟਰਸ ਹੈ ਡੇਢ ਸਾਲ ਜਾਂ ਸਵਾ ਸਾਲ ਚ ਵੀ ਕੰਪਲੀਟ ਹੋ ਜਾਂਦੀ ਹੈ ਜਿਹਦੇ ਨਾਲ ਤੁਹਾਡਾ 3 ਇਅਰ ਦਾ ਪੋਸਟ ਸਟਡੀ ਵਰਕ ਪਰਮਿਟ ਹੈ ਨਾਲ ਤੁਸੀਂ ਆਪਣੀ ਫੈਮਿਲੀ ਨਾਲ ਲੈ ਕੇ ਜਾ ਸਕਦੇ ਹੋ ਜ਼ਿਆਦਾਤਰ ਪੰਜਾਬ ਦੇ ਵਿੱਚ ਜਾਂ ਆਪਣੇ ਨਾਰਥ ਦੇ ਵਿੱਚ ਇੱਕ ਹੈ ਕਿ ਸਪਾਊਸ ਨਾਲ ਜਾਣਾ ਚਾਹੁੰਦਾ ਹੈ ਬੱਚੇ ਨਾਲ ਜਾਣਾ ਚਾਹੁੰਦੇ ਔਰ ਕਿਉਂ ਨਹੀਂ ਜਾਣਾ ਚਾਹੁੰਦੇ ਕਿਉਂਕਿ ਫੈਮਿਲੀ ਆ ਉਹਨਾਂ ਦੀ ਹਰ ਬੰਦਾ ਆਪਣੀ ਲਾਈਫ ਨੂੰ ਅੱਗੇ ਵਧਾਣਾ ਚਾਹੁੰਦਾ ਹੈ ਇੱਕ ਸ਼ੇਪ ਦੇਣਾ ਚਾਹੁੰਦਾ ਹੈ ਤੇ ਤੁਹਾਡੇ ਬੱਚੇ ਤੁਹਾਡੀ ਹਸਬੈਂਡ ਨਾਲ ਤੁਹਾਨੂੰ ਜੁਆਇਨ ਕਰ ਸਕਦੇ ਆ ਲੇਕਿਨ ਮਾਸਟਰ ਕੋਰਸ ਦੇ ਵਿੱਚ ਲੈਵਲ 8 9 ਦਾ ਕੋਰਸ ਉਹ ਫਿਰ ਉਹ ਜਾ ਸਕਦੇ ਆ ਤੇ ਹੁਣ ਤੁਸੀਂ ਦੇਖੋ ਇੰਨਾ ਕੁ ਸੌਖਾ ਤੁਹਾਡਾ ਜਿਹੜਾ ਇਹ ਵੀਜ਼ਾ ਹੈ ਨਿਊਜ਼ੀਲੈਂਡ ਦਾ ਕਿ ਫੀਸ ਤੁਹਾਡੀ ਬਾਅਦ ਚ ਜਾ ਰਹੀ ਹੈ ਸਪਾਊਸ ਜਾ ਸਕਦਾ ਹੈ ਔਰ ਜਿਹੜਾ ਲੰਬਾ ਪੋਸਟ ਅਡੀ ਵਰਕ ਪਰਮਿਟ ਮਿਲ ਰਿਹਾ ਤੁਹਾਨੂੰ ਅੱਛਾ ਨਿਊਜ਼ੀਲੈਂਡ ਇਹ ਵੀ ਨਹੀਂ ਕਹਿੰਦਾ ਪਰੜ ਕੇ ਵਾਪਸ ਆ ਜਾਓ ਜੀ ਤੁਸੀਂ ਐਸਓਪੀ ਵਿੱਚ ਕਲੀਅਰ ਲਿਖ ਸਕਦੇ ਹੋ ਕਿ ਮੈਨੂੰ ਓਪਰਚ्युनिटी ਮਿਲਦੀ ਹੈ ਤਾਂ ਮੈਂ ਨਿਊਜ਼ੀਲੈਂਡ 'ਚ ਸਟੇ ਬੈਕ ਕਰ ਸਕਦਾ ਉਹ ਵੀ ਤੁਹਾਡੇ ਵਾਸਤੇ ਪਲੱਸ ਪੁਆਇੰਟ ਹੈ ਮੀਨਸ ਤੁਸੀਂ ਇਹ ਦੇਖੋ ਕਿ ਸਾਰ ਹੀ ਪਲੱਸ ਪੁਆਇੰਟ ਹੈ ਨੈਗੇਟਿਵ ਕੀ ਹੈ ਦੂਜਾ ਜਦ ਮੈਂ ਨਿਊਜ਼ੀਲੈਂਡ ਜਾਂਦੇ ਹਾਂ ਨਾ ਮੈਨੂੰ ਲੱਗਦਾ ਕਿ ਮੈਂ ਨਿਊਜ਼ੀਲੈਂਡ ਹੀ ਰਹਿ ਜਾਵਾਂ ਵਰਲਡ ਦਾ ਇੰਨਾ ਸੋਹਣਾ ਕੰਟਰੀ ਹੈ ਜਿੱਥੇ ਨੇਚਰਲ ਬਿਊਟੀ ਬਹੁਤ ਜ਼ਿਆਦਾ ਹੈ ਫਾਸਟ ਲਾਈਫ ਨਹੀਂ ਭੱਜਨ ਦੌੜਨ ਦੀ ਕਿ ਹਰ ਟਾਈਮ ਮਤਲਬ ਰੈਟ ਰੇਸ ਲੱਗੀ ਹੋਈ ਆ ਉਹ ਚੀਜ਼ ਨਹੀਂ ਹੈ ਬੜੇ ਕੂਲ ਐਂਡ ਕਾਮ ਲਾਈਫ ਹੈ ਕੰਟਰੀ ਸਾਈਡ ਦੇਖਣ ਵਾਲੀਆਂ ਨਿਊਜ਼ੀਲੈਂਡ ਚ ਐਂਡ ਕੋਰਸਸ ਬਹੁਤ ਅੱਛੇ ਅੱਛੇ ਹੈ ਕਿਹੜਾ ਕੋਰਸ ਤੁਸੀਂ ਕਰਨਾ ਚਾਹੁੰਦੇ ਹੋ ਉਹ ਤੁਹਾਡੇ ਉੱਪਰ ਡਿਪੈਂਡ ਕਰਦਾ ਹੈ ਆਈਟੀ ਦਾ ਕਰਨਾ ਚਾਹੁੰਦੇ ਹੋ ਹੈਲਥ ਦੇ ਰਿਲੇਟਿਡ ਕਰਨਾ ਚਾਹੁੰਦੇ ਹੋ ਜਾਂ ਕੋਈ ਬਿਜ਼ਨਸ ਦੇ ਰਿਲੇਟਿਡ ਕਰਨਾ ਚਾਹੁੰਦੇ ਹੋ ਇੰਜੀਨੀਅਰਿੰਗ ਦੇ ਸਾਰੇ ਕੋਰਸਸ ਹੈਲਥ ਦੇ ਕੁਝ ਕੋਰਸਸ ਆਈਟੀ ਦੇ ਕੁਝ ਕੋਰਸਸ ਗ੍ਰੀਨ ਲਿਸਟ ਹੈ ਆਲਰੇਡੀ ਹੈ ਜੀ ਠੀਕ ਹੈ ਬਿਲਕੁਲ ਸੋ ਬਹੁਤ ਡਿਟੇਲ ਵਿੱਚ ਮੈਮ ਨੇ ਜੋ ਹੈ ਗਾਈਡ ਕੀਤਾ ਸੋ ਸਟੂਡੈਂਟਸ ਦੇਖੋ ਬਹੁਤ ਹੀ ਚੰਗੀ ਆਪਸ਼ਨ ਅੱਜ ਦੇ ਟਾਈਮ ਵਿੱਚ ਨਿਊਜ਼ੀਲੈਂਡ ਬੜੀ ਸੇਫ ਆਪਸ਼ਨ ਤੁਹਾਡੇ ਲਈ ਜਿੱਥੇ ਤੁਸੀਂ ਸਪਾਊਸ ਨੂੰ ਵੀ ਨਾਲ ਲੈ ਕੇ ਜਾ ਸਕਦੇ ਹੋ ਫੀਸ ਵੀ ਜਿਹੜੀ ਹੈ ਵੀਜ਼ਾ ਲੱਗਣ ਤੋਂ ਬਾਅਦ ਹੀ ਤੁਸੀਂ ਦੇਣੀ ਹੈ ਤੇ ਮੈਮ ਇੱਥੇ ਆਪਾਂ ਜਨਵਰੀ ਇਨਟੇਕ ਦੀ ਜਿਵੇਂ ਹੁਣ ਨਿਊਜ਼ੀਲੈਂਡ ਦਾ ਜਨਵਰੀ ਇਨਟੇਕ ਹੈ ਕਿੰਨੇ ਟਾਈਮ ਵਿੱਚ ਚਾਹੀਦਾ ਜ਼ਰੂਰ ਹੈ ਤਿਆਰੀ ਨੂੰ ਕਿਉਂਕਿ ਹੁਣ ਦੇ ਟਾਈਮ ਨੂੰ ਵੀ ਦੇਖੀਏ ਕੁਝ ਮਹੀਨਿਆਂ ਬਾਅਦ ਤਾਂ ਸਟੂਡੈਂਟ ਕਦੋਂ ਤੋਂ ਆਪਣੀ ਤਿਆਰੀ ਵਿੱਚ ਲੱਗ ਜਾਣ ਤੇ ਕੀ ਕੀ ਖਾਸ ਗੱਲਾਂ ਦਾ ਧਿਆਨ ਰੱਖਣ ਕਰਨਾ ਹੈ ਦੇਖੋ ਹਰ ਕਾਲਜ ਦੀ ਆਪਣੀ ਜਿਹੜੀ एलिजिਬਿਲਟੀ ਹੁੰਦੀ ਹੈ ਕੋਈ 5.5 ਬੈਂਡ ਤੋਂ ਲੈ ਲੇਗਾ ਕੋਈ 6 ਬੈਂਡ ਤੋਂ ਲਏਗਾ ਰਾਈਟ ਪ੍ਰੋਗਰਾਮ ਦੀ एलिजिਬਿਲਟੀ ਹੁੰਦੀ ਹੈ ਦਿਸ ਇਸ ਦਾ ਰਾਈਟ ਟਾਈਮ ਵੈਨ ਯੂ ਕੈਨ ਅਪਲਾਈ ਫਾਰ ਜਨ ਇੰਟੇਕ ਲਾਸਟ ਤੁਸੀਂ ਕਰਦੇ ਹੋ ਕਾਲਜ ਆਫਰ ਲੈਟਰ ਦਿੰਦਾ ਨਹੀਂ ਦਿੰਦਾ ਡੈਫਰ ਕਰ ਦਿੰਦਾ ਤੁਹਾਡੇ ਫਾਈਨੈਂਸ਼ੀਅਲ ਰੈਡੀ ਹੁੰਦੇ ਨਹੀਂ ਹੁੰਦੇ ਆ ਮੰਨ ਲਓ ਤੁਹਾਡੇ ਫੰਡਸ 6 ਮਹੀਨੇ ਪੁਰਾਣੇ ਨਹੀਂ ਆ ਤੇ ਤੁਹਾਡੇ ਜਿਹੜੇ ਆ ਬੈਂਕ ਲੋਨ ਕਰਾਉਂਦੇ ਹੋ ਬੈਂਕ ਲੋਨ ਨੂੰ ਵੀ ਥੋੜਾ ਟਾਈਮ ਚਾਹੀਦਾ ਹੁੰਦਾ ਹੈ ਠੀਕ ਹੈ ਆਫਰ ਲੈਟਰ ਆਫਰ ਲੈਟਰ ਆਣ ਦੇ ਬਾਅਦ ਹੀ ਬੈਂਕ ਲੋਨ ਹੁੰਦਾ ਸਟੱਡੀ ਲੋਨ ਦੇ ਵਿੱਚ ਤੇ ਜੇ ਹੋਣ ਕਰਦੇ ਆ ਤੇ ਤੁਹਾਡੇ ਕੋਲ ਸਾਰਾ ਟਾਈਮ ਖੁੱਲਾ ਟਾਈਮ ਹੈ ਫਾਈਲ ਕਿਉਂਕਿ ਜਿਹੜਾ ਡਿਸੀਜਨ ਆਉਣ ਚ ਵੀ 2 ਮਹੀਨੇ ਲੱਗਦੇ ਆ ਡਿਸੀਜਨ ਆਇਆ ਉਹਦੇ ਬਾਅਦ ਫੀਸ ਜਮਾ ਕਰਾਣੀ ਆ ਕਾਲਜ ਦੀ ਕਿਉਂਕਿ ਫੀਸ ਵੀਜ਼ੇ ਦੇ ਬਾਅਦ ਹੈ ਅਪਰੂਵਲ ਦੇ ਬਾਅਦ ਫੀਸ ਜਮਾ ਕਰਾਓਗੇ ਤੇ ਉਧਰੋਂ ਜਿਹੜਾ ਫਾਈਨਲ ਲੈਟਰ ਆਏਗਾ ਫੀਸ ਜਮਾ ਕਰਨ ਦਾ ਉਹਦੇ ਨਾਲ ਜਿਹੜੀ ਹੈ ਤੁਹਾਡੇ ਪਾਸਪੋਰਟ ਦੀ ਸਟੈਂਪਿੰਗ ਹੋਣੀ ਹੈ ਫੇਰੇ ਇਹਦੇ ਵਿੱਚ ਪਾਸਪੋਰਟ ਸਟੈਂਪਿੰਗ ਚ ਜਿਹੜਾ ਥੋੜਾ ਜਿਹਾ 5 7 10 ਦਿਨ ਦਾ ਟਾਈਮ ਲੱਗਦਾ ਤਾਂ ਤੁਸੀਂ ਇਹ ਸਮਝੋ ਕਿ ਪੂਰੇ ਪ੍ਰੋਸੈਸ ਨੂੰ ਅੰਬੈਸੀ ਵਾਲੇ ਨੂੰ 2 ਤੋਂ 3 ਮੰਥਸ ਉਹਨਾਂ ਨੂੰ ਚਾਹੀਦੇ ਆ ਨਾ ਆਫਰ ਲੈਟਰ ਵਾਸਤੇ ਟਾਈਮ ਚਾਹੀਦਾ ਤੇ ਦਿਸ ਇਸ ਦਾ রাইਟ ਟਾਈਮ व्हेन यू ਕੈਨ ਅਪਲਾਈ ਫਾਰ ਜਨ ਇੰਟੇਕ ਜਨ ਦੇ ਵਾਸਤੇ ਬਿਲਕੁਲ ਸਹੀ ਟਾਈਮ ਹੈ ਇਹਦੇ ਬਾਅਦ ਤੁਹਾਡਾ ਜਿਹੜਾ ਹੁੰਦਾ ਇਹ 10 15 ਦਿਨ ਦੇ ਅੰਦਰ ਅੰਦਰ ਕਰ ਲੈਂਦੇ ਹੋ ਠੀਕ ਹੈ ਨਹੀਂ ਤੇ ਤੁਸੀਂ ਲੇਟ ਹੋ ਜਾਓਗੇ ਫਿਰ ਉਹ ਕਿਉਂਕਿ ਡਿਸੰਬਰ ਦੇ ਵਿੱਚ ਜਿਹੜੀ ਹੈ 크ਿਸਮਸ ਨਿਊ ਇਅਰ ਹੌਲੀਡੇ ਜਿਹੜਾ ਇਹ 15 ਦਸੰਬਰ ਤੋਂ ਇਹ ਸਾਰੇ ਕੰਮ ਸ਼ੁਰੂ ਹੋ ਜਾਂਦੇ ਔਰ 10 ਜਨਵਰੀ ਤੱਕ ਸਾਨੂੰ ਸਟਰਗਲ ਕਰਨਾ ਪੈਂਦਾ ਹੈ ਇਹ ਜਿਹੜੇ 20-25 ਦਿਨ ਹੁੰਦੇ ਆ ਨਾ ਇਹ ਜਿਹੜੇ ਕਾਲਜੇਜ਼ ਦਾ ਸਟਾਫ ਤੇ ਛੁੱਟੀਆਂ ਦੇ ਕਿਉਂਕਿ ਉਹਨਾਂ ਦਾ ਜਿਹੜਾ ਆਪਣੀ ਦੀਵਾਲੀ ਹੈ ਇਦਾਂ ਹੀ ਉਹਨਾਂ ਦਾ ਜਿਹੜਾ ਹੈ 크리스마ਸ ਦਾ ਨਿਊ ਇਅਰ ਦਾ ਤੇ ਉਹਦੇ ਵਿੱਚ ਸਾਨੂੰ ਬਹੁਤ ਸਟਰਗਲ ਕਰਨਾ ਪੈਂਦਾ ਇਸ ਕਰਕੇ ਫਾਈਲਾਂ ਪਹਿਲੇ ਲੱਗ ਜਾਣ ਰਿਜ਼ਲਟ ਆ ਜਾਣ ਬੱਚੇ ਟਾਈਮ ਸੇ ਜਾਣ ਇਨਟੇਕ ਵਿੱਚ ਜਾ ਸਕ ਜੀ ਜੀ ਬਿਲਕੁਲ ਸੋ ਅਸੀਂ ਦੇਖ ਸਕਦੇ ਆ ਤੁਸੀਂ ਖੁਦ ਸਟੂਡੈਂਟ ਜਿਹੜੇ ਵੀਡੀਓ ਨਾਲ ਜੁੜਿਆ ਤੁਸੀਂ ਦੇਖ ਪਾ ਰਹੇ ਹੋ ਸਮਝ ਪਾ ਰਹੇ ਹੋ ਚੀਜ਼ਾਂ ਨੂੰ ਕਿ ਜਿਵੇਂ ਆਸਟ੍ਰੇਲੀਆ ਵਿੱਚ ਜੀਟੀ ਕਲੀਅਰੈਂਸ ਨੂੰ ਲੈ ਕੇ ਜਾਂ ਵੀਜ਼ਾ ਰੇਸ਼ਿਓ ਆਪਾਂ ਬਹੁਤ ਘੱਟ ਵੇਖ ਪਾ ਰਹੇ ਆ ਕੈਨੇਡਾ ਵਿੱਚ ਵੀ ਕੁਝ ਚੀਜ਼ਾਂ ਪੋਲਿਟੀਕਲ ਤੌਰ ਤੇ ਵੀ ਹਲੇ ਅਸਤਵਸਤ ਚੱਲ ਰਹੀਆਂ ਨੇ ਉਹਦਾ ਵੀ ਸਹੀ ਰਸਤਾ ਨਹੀਂ ਦੇਖ ਪਾ ਰਹੇ ਯੂਕੇ ਦੀ ਗੱਲ ਕਰੀਏ 스ਪਾਊਸ ਵੀਜ਼ਾ ਹੁਣ ਅਗੋਂ ਨਾਲ ਨਹੀਂ ਲੱਗਣਾ ਸੋ ਇਹਨਾਂ ਸਭ ਚੀਜ਼ਾਂ ਨੂੰ ਵੇਖਦਿਆਂ ਹੋਇਆਂ ਨਿਊਜ਼ੀਲੈਂਡ ਜਿੱਥੇ ਕਿ ਤੁਸੀਂ ਹੁਣ ਮੈਮ ਤੋਂ ਸਭ ਚੀਜ਼ਾਂ ਸਮਝੀਆਂ ਸਪਾਊਸ ਨੂੰ ਨਾਲ ਲੈ ਕੇ ਜਾ ਸਕਦੇ ਹੋ ਲੈ ਕੇ ਵੀ ਜੋ ਹੈ ਵੀਜ਼ਾ ਅਪਰੂਵਲ ਤੋਂ ਬਾਅਦ ਤੁਸੀਂ ਫੀਸ ਪੇ ਕਰਨੀ ਹੈ ਔਰ ਬਹੁਤ ਸਾਰੀਆਂ ਚੰਗੀਆਂ ਆਪਸ਼ਨਸ ਨੇ ਜਿਸ ਦੇ ਚੱਲ ਕੇ ਤੁਸੀਂ ਆਪਣਾ ਫਿਊਚਰ ਬ੍ਰਾਈਟ ਕਰ ਸਕਦੇ ਹੋ ਕੋਈ ਹੋਰ ਸਵਾਲ ਹੋਵੇ ਤਾਂ ਜ਼ਰੂਰ ਜਿਹੜਾ ਨੰਬਰ ডিসਪਲੇ ਹੈ ਇਸ ਉੱਪਰ ਤੁਸੀਂ ਕਾਲ ਕਰਕੇ ਵੀ ਜਵਾਬ ਲੈ ਸਕਦੇ ਹੋ ਤੇ ਸਭ ਤੋਂ ਵਧੀਆ ਹੋਵੇਗਾ ਜੇਕਰ ਤੁਸੀਂ ਮੈਮ ਦੇ ਨਾਲ ਲਾਈਵ ਸੈਸ਼ਨ ਦੇ ਵਿੱਚ ਜੁੜੋ ਸੰਡੇ ਮੰਡੇ ਅਤੇ ਟਿਊਜ਼ਡੇ ਰਾਤ 8:30 ਵਜੇ ਮੈਮ ਲਾਈਵ ਜੁੜਦੇ ਨੇ ਇਸੇ ਚੈਨਲ ਦੇ ਉੱਪਰ ਸੋ ਤੁਸੀਂ ਜ਼ਰੂਰ ਲਾਈਵ ਸੈਸ਼ਨ ਵਿੱਚ ਵੀ ਮੈਮ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਤਾਂ ਕਿ ਤੁਹਾਨੂੰ ਹੋਰ ਚੀਜ਼ਾਂ ਸਾਨੀ ਦੇ ਨਾਲ ਸਮਝ ਆ ਸਕਣ ਤੇ ਬਹੁਤ ਬਹੁਤ ਥੈਂਕਸ ਮੈਮ ਅੱਜ ਤੁਸੀਂ ਨਿਊਜ਼ੀਲੈਂਡ ਬਾਰੇ ਬਹੁਤ ਚੰਗੇ ਢੰਗ ਨਾਲ ਇੱਕ ਇੱਕ ਚੀਜ਼ ਜੋ ਹੈ ਕਲੀਅਰ ਕੀਤੀ ਹੈ ਤੇ ਅੱਗੋ ਵੀ ਅਸੀਂ ਸਟੂਡੈਂਟਸ ਲਈ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਾਵਾਂਗੇ ਅੱਜ ਲਈ ਸਾਨੂੰ ਦਿਓ ਜੀ ਇਜਾਜ਼ਤ ਥੈਂਕ ਯੂ so much ਥੈਂਕ ਯੂ